ਪੰਜਾਬ ਸਰਕਾਰ ਦਾ ਬਹੁਤ ਸਲਾਹਨਾਯੋਗ ਕਦਮ ਹੈ। ਮੈਂ ਤਾਂ ਕਹਿੰਦੀ ਹਾਂ 50% ਨਾਲੋਂ ਪੂਰਾ ਹੀ ਕਿਰਾਇਆ ਮਾਫ਼ ਕਰਨਾ ਚਾਹੀਦਾ ਮਹਿਲਾਵਾਂ ਨੂੰ, ਜਿਵੇਂ ਕਿ ਦਿੱਲੀ ਵਗੈਰਾ ਦੇ ਵਿੱਚ ਲੇਡੀਜ਼ ਲਈ ਪੂਰਾ ਕਿਰਾਇਆ ਉਹਨਾਂ ਨੂੰ ਮਾਫ਼ ਹੈ, ਉਹ ਕਿਤੇ ਵੀ ਬੱਸ ਸਫ਼ਰ ਕਰ ਸਕਦੀਆਂ ਨੇ। ਪੂਰਾ ਹੀ ਕਿਰਾਇਆ ਮਾਫ਼ ਕਰਨਾ ਚਾਹੀਦਾ ਹੈ, ਅਤੇ ਨਾਲ ਹੀ ਸਿਰਫ ਕਿਰਾਇਆ ਹੀ ਨਹੀਂ, ਜਿਹੜੀਆਂ ਪੈਨਸ਼ਨਾਂ ਦਰਾਂ ਚੱਲ ਰਹੀਆਂ ਨੇ ਆਪਣੇ ਪੰਜਾਬ ਦੇ ਵਿੱਚ ਵਿਧਵਾਵਾਂ ਦੇ ਲਈ ਅਤੇ ਲੇਡੀਜ਼ ਦੇ ਲਈ, ਅਤੇ ਉਹਨਾਂ ਦੇ ਵਿੱਚ ਵੀ ਵਾਧਾ ਕਰਨਾ ਚਾਹੀਦਾ। ਜਦੋਂ ਕਿ ਪੰਜਾਬ ਸਰਕਾਰ ਨੇ ਕਿਹਾ ਸੀਗਾ ਕਿ 2500 ਰੁਪਈਆ ਅਸੀਂ ਪੈਨਸ਼ਨ ਸਕੀਮ ਦੇ ਵਿੱਚ ਦੇਵਾਂਗੇ, ਅਤੇ ਉਹ ਹਜੇ ਤੱਕ ਲਾਗੂ ਨਹੀਂ ਹੋਇਆ। ਐਂਡ ਜੋ ਬਿਜਲੀ ਦੀਆਂ ਦਰਾਂ ਹੈਗੀਆਂ, ਪੰਜਾਬ ਦੇ ਵਿੱਚ ਸਭ ਤੋਂ ਮਹਿੰਗੀ ਬਿਜਲੀ ਦਿੱਤੀ ਜਾਂਦੀ ਹੈ, ਜਦੋਂ ਕਿ ਪੰਜਾਬ ਦੇ ਵਿੱਚ ਖੁਦ ਬਿਜਲੀ ਬਣਾਈ ਜਾਂਦੀ ਹੈ। ਦੇਖਿਆ ਜਾਵੇ ਵੈਸੇ ਤਾਂ ਸਾਨੂੰ ਬਹੁਤ ਖੁਸ਼ੀ ਹੋਈ ਹੈ, ਪਰ ਹੋਰ ਮਹਿੰਗਾਈ ਵੀ ਬਹੁਤ ਵਧੀ ਹੋਈ ਹੈ ਨਾ। ਚਲੋ ਕੈਪਟਨ ਸਰਕਾਰ ਨੇ ਇੱਕ ਤਾਂ ਪਹਿਲਾਂ ਤਾਂ ਦੇਖੋ ਪੈਨਸ਼ਨਾਂ ਹੀ ਬੰਦ ਹੋਈਆਂ ਪਈਆਂ, ਪਹਿਲਾਂ ਤਾਂ ਲੇਡੀਜ਼ ਉਸ ਗੱਲੋਂ ਹੀ ਬਹੁਤ ਦੁਖੀ ਆ, ਵਿਧਵਾ ਪੈਨਸ਼ਨਾਂ ਵੀ ਬੰਦ ਹੋਈਆਂ ਬਹੁਤ ਸਾਲਾਂ ਤੋਂ, ਬਹੁਤ ਦੇਰ ਤੋਂ ਮਹੀਨਿਆਂ ਤੋਂ ਮਿਲ ਨਹੀਂ ਰਹੀਆਂ ਵਿਧਵਾ ਪੈਨਸ਼ਨ ਵੀ ਨਾ। ਇਹ ਇੱਕ ਤਰ੍ਹਾਂ ਦਾ ਸਿਆਸੀ ਪ੍ਰੋਪਾਗੈਂਡਾ ਵੀ ਕਹਿ ਸਕਦੇ ਹਾਂ ਵੀ ਕਰ ਲੈਂਦੀ ਹੈ, ਜਿਵੇਂ ਕੈਪਟਨ ਸਰਕਾਰ ਹੁਣ ਚੋਣਾਂ ਦੇ ਨੇੜੇ ਨੇੜੇ ਆ ਕੇ ਕਈ ਤਰ੍ਹਾਂ ਦੀ ਇਹੋ ਜਿਹੀ ਸਾਨੂੰ ਫਾਇਦੇ ਦੇਣ ਦੀ ਕੋਸ਼ਿਸ਼ ਕਰ ਰਹੀ ਹੈ। ਵੈਸੇ ਤਾਂ ਦੇਖੋ ਅੱਜ ਕੱਲ੍ਹ ਦੇਖਿਆ ਜਾਵੇ ਜਿਵੇਂ ਬਿਜਲੀ ਦੇ ਬਿੱਲ, ਹੋਰ ਸਾਰੀਆਂ ਚੀਜ਼ਾਂ ਦੀ ਕਿੰਨੀ ਮਹਿੰਗਾਈ ਆ, ਕਿੰਨੀਆਂ ਕੁ ਲੇਡੀਜ਼ ਸਫ਼ਰ ਕਰਦੀਆਂ ਬੱਸਾਂ 'ਚ, ਤੁਹਾਨੂੰ ਵੀ ਪਤਾ ਹੀ ਆ। ਬਹੁਤ ਘੱਟ ਲੇਡੀਜ਼ ਆ ਜਿਹੜੀਆਂ ਐਂ ਇਕੱਲੀਆਂ ਆਉਂਦੀਆਂ ਜਾਂਦੀਆਂ, ਮੋਸਟਲੀ ਆਪਦੇ ਹਸਬੈਂਡਸ ਵਗੈਰਾ ਨਾਲ, ਅੱਜ ਕੱਲ੍ਹ ਸਭ ਕੋਲ ਗੱਡੀਆਂ ਹੈਗੀਆਂ ਹੀ ਆ, ਮੋਸਟਲੀ ਉਹਦੇ 'ਤੇ ਹੀ ਜਾਂਦੀਆਂ ਹੈਗੀਆਂ। ਪਰ ਫਿਰ ਵੀ ਚਲੋ ਕੀਤਾ ਵਾ, ਇੰਨੇ ਸਾਨੂੰ ਕੋਈ ਉਹ ਖੁਸ਼ੀ ਵੀ ਨਹੀਂ ਅਸੀਂ ਕਹਿ ਸਕਦੇ, ਅਤੇ ਕੋਈ ਮਾੜੀ ਗੱਲ ਵੀ ਨਹੀਂ ਕਹਿ ਸਕਦੇ, ਅਸਥਾਈ ਨਾ ਹੋਵੇ ਵੀ ਕੱਲ੍ਹ ਨੂੰ ਗੌਰਮੈਂਟ ਖਤਮ ਅਤੇ ਨਾਲ ਹੀ ਫਾਇਦੇ ਖਤਮ। ਅਸੀਂ ਸਭ ਤੋਂ ਪਹਿਲਾਂ ਕੈਪਟਨ ਸਾਹਿਬ ਜੀ ਦਾ ਬਹੁਤ ਜ਼ਿਆਦਾ ਧੰਨਵਾਦ ਕਰਾਂਗੇ। ਤਾਂ ਉਹਨਾਂ ਨੇ ਕੀ ਆ, ਜਿਹੜੀਆਂ ਮਹਿਲਾਵਾਂ ਹਰ ਰੋਜ਼ ਆਉਂਦੀਆਂ ਜਾਂਦੀਆਂ ਉਹਦੇ ਜੋਬ ਕਰਨ ਲਈ ਜਾਂਦੀਆਂ ਵਾ, ਉਹਨਾਂ ਦਾ ਕਿਰਾਇਆ ਕੀ ਉਹ ਬਹੁਤ ਜ਼ਿਆਦਾ ਲੱਗਦਾ, ਜਿਵੇਂ ਕਿ ਉਹਨਾਂ ਦਾ ਕਿਰਾਇਆ ਡੇਲੀ ਦਾ 100 ਰੁਪਏ ਲੱਗਦਾ ਵਾ, ਅਤੇ ਉਹਨਾਂ ਨੇ ਕੀ ਕਿਹਾ ਵਾ ਵੀ ਉਹਨਾਂ ਦਾ ਕੀ ਆ ਹਾਫ ਟਿਕਟ ਲੱਗੂਗੀ, ਜਿਵੇਂ ਕਿ ਉਹਨਾਂ ਦੀ ਆ 50 ਰੁਪਏ ਟਿਕਟ ਲੱਗੂਗੀ, ਅਤੇ ਇਹ ਉਹ ਮਹਿਲਾਵਾਂ ਲਈ ਬਹੁਤ ਜ਼ਿਆਦਾ ਬੈਨੀਫਿਸ਼ੀਅਲ ਹੋ। ਸਰਕਾਰ ਨੇ ਵੈਸੇ ਇਹ ਕਦਮ ਤਾਂ ਬਹੁਤ ਅੱਛਾ ਚੁੱਕਿਆ, ਪਰ ਜੇ ਆਪਾਂ ਸਰਕਾਰ ਦੀ ਮਾਲੀ ਹਾਲਤ ਦੇਖੀਏ ਜਾਂ ਆਪਾਂ ਸਰਕਾਰ ਦੇ ਵਿੱਤ ਬਾਰੇ ਜਾਂ ਉਹਦੇ ਫਾਈਨਾਂਸ ਬਾਰੇ ਦੇਖੀਏ, ਪਿਛਲੇ ਕਾਫੀ ਅਰਸੇ ਤੋਂ, ਮਤਲਬ ਕਾਫੀ ਅਰਸੇ ਤੋਂ ਜੇ ਮੈਂ ਕਹਾਂ ਤਾਂ ਈਵਨ 4-5 ਸਾਲ ਤੋਂ, ਇਹ ਜਿਹੜੀ ਫਾਈਨਾਂਸ ਕੰਡੀਸ਼ਨ ਹੈ, ਇੰਪਰੂਵਮੈਂਟ ਵੱਲ, ਜੀ ਡੀ ਪੀ ਵੱਲ ਜਿਹੜਾ ਇੰਪਰੂਵਮੈਂਟ ਹੋਣਾ ਚਾਹੀਦਾ ਉਹ ਦਿਖਾਈ ਨਹੀਂ ਦਿੰਦਾ। ਪੰਜਾਬ ਦੇ ਵਿੱਚ ਜਿਹੜੀ ਜਾਣਕਾਰੀ ਮਿਲੀ ਹੈ, ਜਿੱਦਾਂ ਹੁਣ ਬੱਚਿਆਂ ਦਾ ਹੀ ਲੈ ਲਓ, ਸਕਾਲਰਸ਼ਿਪ ਦੇ ਉੱਤੇ ਬੱਚਿਆਂ ਨੂੰ ਪਹਿਲਾਂ ਕਾਫੀ ਇਸ ਦੇ ਉੱਤੇ ਸਹਾਇਤਾ ਮਿਲਦੀ, ਠੀਕ ਹੈ ਨਾ। ਹੁਣ ਇਹ ਉਹਦੇ 'ਚ ਇਹਨਾਂ ਨੇ ਘਟਾਤਾ, ਠੀਕ ਹੈ, ਇਹ ਘਾਟਾ ਘੱਟੋ ਘੱਟ ਜਿਹੜੇ ਸਪੈਸ਼ਲੀ ਗਰੀਬ ਬੱਚੇ ਨੇ ਉਹਨਾਂ 'ਤੇ ਔਰ ਗਰੀਬ ਪਰਿਵਾਰਾਂ 'ਤੇ ਫਰਕ ਪੈ ਗਿਆ। ਇਸ ਤਾਦਾਦ ਨੂੰ ਥੋੜ੍ਹਾ ਜਿਹਾ ਜੇ ਆਪਾਂ ਬੜਾਵਾਂਗੇ, ਕਿਉਂਕਿ ਆਉਣ ਵਾਲੀ ਜਨਰੇਸ਼ਨ ਹੀ ਕੱਲ੍ਹ ਨੂੰ ਇਹ ਭਵਿੱਖ ਹੈ ਇਸ ਨੇਸ਼ਨ ਦਾ, ਉਹੀ ਇਹਨਾਂ ਨੂੰ ਉੱਤੇ ਚੁੱਕ ਸਕਦੀ ਹੈ, ਅਤੇ ਇਸ ਕਰਕੇ ਸਾਨੂੰ ਚਾਹੀਦਾ ਕਿ ਇਹ ਛੋਟੀਆਂ ਛੋਟੀਆਂ ਗੱਲਾਂ ਨੇ ਪਰ ਇਹ ਮੈਟਰ ਬਹੁਤ ਕਰਦੀਆਂ ਨੇ। ਇਸ ਕਰਕੇ ਸਰਕਾਰ ਨੂੰ ਜ਼ਿਆਦਾ ਤੋਂ ਜ਼ਿਆਦਾ ਫਾਈਨਾਂਸ ਦੀ ਕੰਡੀਸ਼ਨ ਨੂੰ ਦੇਖਦੇ ਹੋਏ ਇਹਦੇ ਵੱਲ ਬਹੁਤ ਧਿਆਨ ਦੇਣ ਦੀ ਜ਼ਰੂਰਤ ਹੈ।